ਕੱਲ ਪਰਸੋਂ ਮਦਰਸ ਡੇ ਲੰਘ ਕੇ ਗਿਆ, ਸਾਰਿਆਂ ਨੇ ਆਪਦੀਆਂ ਮੰਮੀਆਂ ਦੀਆਂ ਬਹੁਤ ਤਾਰੀਫਾਂ ਕਰੀਆਂ, ਕਰਨੀਆਂ ਵੀ ਚਾਹੀਦੀਆਂ ਨੇ, ਪਰ ਬਾਈ ਮੰਮੀਆਂ ਦੀ ਬੀ ਸਾਈਡ ਵੀ ਦੁਨੀਆਂ ਦੇ ਸਾਹਮਣੇ ਜ਼ਰੂਰ ਆਉਣੀ ਚਾਹੀਦੀ ਹੈ। ਦੇਖੋ ਮੰਮੀ ਦੁਨੀਆਂ ਦੇ ਉੱਪਰ ਕਲੌਤਾ ਜੀ ਪ੍ਰਾਣੀ ਐਸਾ ਹੈਗਾ ਵੀ ਜਿਹੜਾ ਕਹਿ ਕੇ ਕਰਪਸ਼ਨ ਕਰਦਾ ਤੇ ਕੋਈ ਕਾਰਵਾਈ ਨਹੀਂ ਹੁੰਦੀ। ਤੁਸੀਂ ਦੇਖ ਲਓ ਸਾਰਿਆਂ ਦੇ ਘਰਾਂ 'ਚ ਹੋਊ, ਮੰਮੀਆਂ ਬੜਾ ਬਣਾਸ ਮਾਰ ਕੇ ਸਾਰਿਆਂ ਦੇ ਬੈਠੇ ਕਹਿ ਦਿੰਦੇ ਨੇ। ਮੈਂ ਦੇਖ ਲਾ ਪਿਛਲੇ ਸਾਲ ਜਿਹੜੀ ਤੇਰੇ ਪਾਪੇ ਦੇ ਬਟੂਏ 'ਚੋਂ ਕਦੇ 2000 ਕੱਢ ਲਿਆ, ਕਦੇ ਠੇਕੇ ਵਾਲਿਆਂ 'ਚੋਂ 5000 ਇੱਧਰ ਕਰ ਲਿਆ, ਐਂ ਪੈਸੇ ਜੋੜ ਜੋੜ ਕੇ ਨਾਲੇ ਤਾਂ ਆਪ ਨੂੰ ਚੂੜੀ ਕਰਾ ਲਈ, ਨਾਲੇ ਘਰ ਨੂੰ ਕੁਰਸੀਆਂ ਲਿਆਂਦੀ। ਕੋਈ ਟੈਕਸ ਨਹੀਂ ਭਰਨਾ, ਕੋਈ ਕਾਰਵਾਈ ਨਹੀਂ ਹੋਣੀ, ਇਹਦੇ 'ਤੇ ਕੋਈ ਫੈਮਿਲੀ ਪਾਲ ਬਿੱਲ ਨਹੀਂ, ਜਿਵੇਂ ਲੋਕ ਪਾਲ ਬਿੱਲ ਆਉਂਦਾ, ਕੋਈ ਟੱਬਰ ਪਾਲ ਬਿੱਲ, ਇਹਨਾਂ ਨੇ ਕੁਝ ਦਿਖਾਉਣਾ ਹੀ ਨਹੀਂ, ਨਾ ਕੋਈ ਟੱਬਰ ਟੈਕਸ ਦੇਣਾ, ਬਸ ਸ਼ਰਿਆਂ ਮੰਨਦੀਆਂ ਨੇ ਵੀ ਕੀਤੀ ਆ ਕਰਪਸ਼ਨ ਤਾਂ ਕੀਤੀ ਹੈ। ਸੋ ਜਿਹੜੀ ਇਹ ਯੰਗਸਟਰ 'ਚ ਸਾਡੇ 'ਚ ਕੁੰਡੀ ਲਾਉਣ ਦੀ ਕੁਆਲਿਟੀ ਆਉਂਦੀ ਆ, ਇਹ ਹੌਲੀ ਹੌਲੀ ਕੁੰਡੀ ਲਾਉਣ ਵਾਲੀ ਕੁਆਲਿਟੀ ਵੱਡੇ ਲੈਵਲ 'ਤੇ ਲੀਡਰਾਂ 'ਚ ਕਰਪਸ਼ਨ 'ਚ ਬਦਲ ਜਾਂਦੀ ਆ, ਇਹ ਮੰਮੀਆਂ ਤੋਂ ਚੱਲਦੀ ਆ। ਸੋ ਪਹਿਲੇ ਨੰਬਰ 'ਤੇ ਤਾਂ ਜੀ ਮੰਮੀਆਂ ਕਰਪਸ਼ਨ ਦੀਆਂ ਜਨਮਦਾਤਾ ਨੇ। ਦੂਜੀ ਗੱਲ ਜਿਹੜੀ ਇੱਥੇ ਡਿਸਕਸ ਕਰਨੀ ਬਣਦੀ ਆ ਵੀ ਸਾਰੀਆਂ ਮੰਮੀਆਂ 'ਚ ਨਾ ਉਂਗਲ ਲਾ ਕੇ ਜਵਾਕ ਕਟਾਉਣ ਵਾਲਾ ਫੀਚਰ ਬਹੁਤ ਹੁੰਦਾ, ਇਹ ਨਾ ਸਾਰੀ ਦਿਹਾੜੀ ਬੁੜਬੁੜ ਕਰਦੀਆਂ ਫਿਰੀ ਜਾਣਗੀਆਂ, ਮੈਂ ਤਾਂ ਕਿਹਾ ਸੀ ਭਾਈ ਪੜ੍ਹ ਲਾ, ਇਹਨੇ ਨਹੀਂ ਪੜ੍ਹਨਾ ਪੁੜ੍ਹਨਾ, ਇਹ ਕੰਨ ਭਰੀ ਜਾਣਗੀਆਂ ਪਾਪੇ ਵਰਗੇ ਦੇ, ਜਿੰਨਾ ਟਾਈਮ ਉਹ ਸਾਨੂੰ ਕੁੱਟਣ ਨਹੀਂ ਡਹਿ ਜਾਂਦੇ, ਫਿਰ ਜਦੋਂ ਚੌਧਰੀ ਵਰਗੇ ਸਾਡਾ ਫਿਰਦੇ ਨੇ ਲਫੇੜਾ, ਫਿਰ ਇਹ ਸਾਈਡ 'ਤੇ ਬਹਿ ਕੇ ਵੀਡੀਓ ਗੇਮ ਜਿੰਨਾ ਇੰਜੋਏ ਕਰਦੇ ਨੇ, ਪਤਾ ਨਹੀਂ ਸਕੁਇਡ ਗੇਮ ਵਾਲੀਆਂ ਬੁੜੀਆਂ ਨੇ, ਉਹ ਲਾਣੇਦਾਰ ਵਰਗਿਆਂ ਦਾ ਚਾਹੇ ਕੁੱਟਣ ਦਾ ਮੂਡ ਨਾ ਵੀ ਹੋਵੇ, ਉਹ ਬਾਹਰੋਂ ਵਧੀਆ ਖੁਸ਼ ਆਏ ਹੁਣ, ਪਰ ਘਰ ਵਾਲੀ ਨੂੰ ਖੁਸ਼ ਕਰਨ ਦੇ ਚੱਕਰ 'ਚ ਉਹ ਆਏ ਸੀ, ਗਿੱਦੜ ਕੁੱਟ ਫੇਰਦੇ ਨੇ ਨਾ ਸਾਡੀ, ਉਹ ਗੁੱਸਾ ਤਾਂ ਇਹਨਾਂ ਲਈ ਬੁੜਬੁੜ 'ਤੇ ਹੁੰਦਾ, ਨਿਕਲਦਾ ਸਾਡੇ 'ਤੇ। ਅੱਛਾ ਅੱਧੇ ਭਾਪਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਸਾਡਾ ਜਵਾਕ ਕੈਵੀਂ 'ਚ ਪੜ੍ਹਦਾ, ਉਈ ਚਲੋ ਸਾਲਾ ਪੜ੍ਹਦਾ ਨਹੀਂ, ਚਲੋ ਸਾਲਾ ਵੀ ਤੈਨੂੰ ਤਾਂ ਆਪ ਨਹੀਂ ਪਤਾ ਕੈਵੀਂ 'ਚ ਆ। ਸੋ ਇਹ ਵੀ ਜਿਹੜਾ ਆਪਣੇ ਬੜਾਂਗ ਹੁੰਦਾ ਰਿਹਾ ਬਚਪਨ 'ਚ, ਮੰਮੀ ਹੁਣਾਂ ਦੀ ਕਮਾਂਡ 'ਤੇ ਹੁੰਦਾ ਰਿਹਾ, ਇਹ ਵੀ ਸਮਝਣ ਦੀ ਲੋੜ ਹੈ, ਇਹ ਮੰਮੀਆਂ ਵੀ ਜਾਂਸੀਆਂ ਵਾਂਗੂ ਚੱਲਦੀਆਂ ਨੇ, ਨਿੱਕੇ ਹੁੰਦੇ ਨੂੰ ਤਾਂ ਕਟਾਈ ਗਈਆਂ ਭਾਪਿਆਂ ਤੋਂ ਕਹਿ ਕਹਿ ਕੇ, ਹੁਣ ਕਹਿ ਦੇਣਗੀਆਂ ਇਹਦੇ ਪਾਪੇ ਨੇ ਤੈਨੂੰ ਬਹੁਤ ਕੁੱਟਿਆ, ਮੈਂ ਨਹੀਂ ਕਿਤੇ ਕੁੱਟ ਗਿਆ, ਤੇਰੀ ਕਮਾਂਡ 'ਤੇ ਤਾਂ ਕੁੱਟਦਾ ਰਿਹਾ, ਉਹ ਸਭ ਪਤਾ ਸਾਨੂੰ, ਲੂਮੀ ਨਾਟੀ ਨਾ ਬਣੋ। ਮੈਨੂੰ ਨਾ ਇੱਕ ਬਾਹਰਲੇ ਮੁਲਕ 'ਚ ਗੋਰਾ ਵੀ ਮਿਲਿਆ ਸੀ, ਉਹ ਕਹਿੰਦਾ ਵੀ ਮੈਂ ਆਪਦੀ ਮੰਮੀ ਤੋਂ ਅਲੱਗ ਰਹਿਣਾ, ਮੈਂ ਕਿਹਾ ਕੀ ਚੱਕਰ ਪੈ ਗਿਆ ਪ੍ਰਧਾਨ, ਵੀ ਮੰਮੀਆਂ ਦੇ ਤਾਂ ਕੋਲੇ ਰਹੀਦਾ ਹੁੰਦਾ, ਕਹਿੰਦਾ ਕੁਛ ਨਹੀਂ ਯਾਰ ਮੈਂ ਜੂਆ ਖੇਡਦਾ ਸੀ, ਮੇਰੀ ਮੰਮੀ ਨੇ ਮੈਨੂੰ ਰੋਕਤਾ, ਫਿਰ ਮੈਂ ਸੋਚਿਆ ਵੀ ਮੰਮੀ ਆਪਾਂ ਇਕੱਠੇ ਨਹੀਂ ਰਹਿ ਸਕਦੇ, ਉਹ ਮੈਂ ਕਿਹਾ ਭਰਾਵਾ ਤੂੰ ਜੂਏ ਕਰਕੇ ਅੱਡ ਰਹਿਣ ਲੱਗ ਗਿਆ, ਧੰਨ ਜਗਰਾ ਸਾਡੇ ਯਾਰ, ਕਹਿੰਦਾ ਅਸੀਂ ਸ਼ਕਤੀਮਾਨ ਦੇਖੋ ਨੀ ਢੂਹਾ ਕਟਾਈ, ਅੱਧੇ ਘੰਟੇ ਦਾ ਨਾਟਕ ਹੁੰਦਾ ਸੀ, 40 ਮਿੰਟ ਥਾਪੜੇ ਖਾ ਕੇ ਦੇਖਦੇ। ਮੈਂ ਕਿਹਾ ਵੀਰੇ ਵੀ ਠੀਕ ਆ, ਜੂਆ ਤਾਂ ਮਾੜੀ ਚੀਜ਼ ਆ, ਮਾਮਾ ਦਾ ਰੋਕਣਾ ਫਰਜ਼ ਹੁੰਦਾ, ਕਹਿੰਦਾ ਨਹੀਂ ਨਹੀਂ ਮੇਰੀ ਮੰਮੀ ਨੇ ਮੈਨੂੰ ਵਾਰਨਿੰਗ ਬਹੁਤ ਉੱਚੀ ਆਵਾਜ਼ 'ਚ ਦਿੱਤੀ ਸੀ, ਕਹਿੰਦਾ ਫਿਰ ਮੈਂ ਕਿਹਾ ਵੀ ਮੰਮੀ ਮੈਂ ਤੇਰੇ ਤੋਂ ਅਲੱਗ ਰਹੂੰਗਾ, ਮੈਂ ਕੀ ਕਿਹਾ ਸੀ ਤੇਰੀ ਮੰਮੀ ਨੇ, ਕਹਿੰਦਾ ਮੈਨੂੰ ਕਹਿੰਦੀ ਪੌਲ ਡੋਂਟ ਡੂ ਦਿਸ ਅਦਰਵਾਈਜ਼ ਆਈ ਵਿਲ ਕਾਲ ਪੁਲਿਸ, ਮੈਂ ਕਿਹਾ ਵਾਰਨਿੰਗ ਆ ਓਏ, ਮੈਂ ਕਿਹਾ ਫਿਰ ਤੂੰ ਜੇ ਕਿਤੇ ਜੰਮਿਆ ਹੁੰਦਾ ਨਾ ਪੰਜਾਬ 'ਚ ਬਰਨਾਲੇ ਬਰਨੂਲੇ ਜ਼ਿਲ੍ਹੇ 'ਚ ਇਹੋ ਜਿਹੇ ਠੇਠ ਪਿੰਡਾਂ 'ਚ, ਤੈਨੂੰ ਲੱਗ ਜਾਂਦਾ ਪਤਾ ਵਾਰਨਿੰਗ ਕੀ ਹੁੰਦੀ ਆ, ਮੈਂ ਕਿਹਾ ਤੂੰ ਮੈਥੋਂ ਸੋਹਣਾ, ਸਾਡੀਆਂ ਬੁੜੀਆਂ ਟੀ ਵੀ ਦੇਖਣ ਤੋਂ ਪਹਿਲਾਂ ਰੋਕਦੀਆਂ ਸੀ, ਬੇ ਮੁੰਡਿਆ ਮੈਂ ਤੈਨੂੰ ਦੱਸਤਾ ਟੀ ਵੀ ਮੂਹਰੇ ਨਾ ਬੈਠੀ, ਹੁਣੀ ਉੱਠ ਖੜ ਬੰਦੇ ਦਾ ਪੁੱਤ ਬਣ ਕੇ, ਅਸੀਂ ਫੇਰ ਵੀ ਢੀਠ ਜੇ ਬਣ ਕੇ ਬੈਠੇ ਰਹਿੰਦੇ ਸੀ ਐਂ ਜੇ ਕਰਕੇ, ਬੇ ਕੁੱਤਿਆ ਤੈਨੂੰ ਸੁਣਦਾ ਨਹੀਂ, ਫਿਰ ਅਸੀਂ ਇੱਕ ਵਾਰੀ ਕੰਟਰੀ ਆਊਟ ਕਰਨ ਵਾਂਗੂ ਕਮਰੇ 'ਚੋਂ ਬਾਹਰ ਐਗਜ਼ਿਟ ਕਰ ਜਾਂਦੇ ਸੀ, ਜਦੋਂ ਦੁਬਾਰੇ ਬੈਠਣ ਲੱਗਦੇ ਸੀ ਫਿਰ ਸਾਡੀਆਂ ਮੰਮੀਆਂ ਦੀ ਆਉਂਦੀ ਸੀ ਅਸਲੀ ਵਾਰਨਿੰਗ, ਲੈ ਫਿਰ ਐਂ ਕਰ ਤੂੰ ਹੁਣ ਬੜੀ ਟੀ ਵੀ ਵਾਲੀ ਬੈਠ ਕੇ ਤੇਰੇ ਭਾਪੇ ਤੋਂ ਛਿੱਲ ਦੇਖੀ ਤੇਰੀ ਲਾਉਣੀ, ਭਰਾਵਾ ਤੈਨੂੰ ਤਾਂ ਫਿਰ ਵੀ ਤੇਰੀ ਮੰਮੀ ਨੇ ਪੁਲਿਸ ਨੂੰ ਫੜਾਉਣ ਨੂੰ ਕਿਹਾ ਸੀ, ਸਾਡੇ ਤਾਂ ਬੀਬੀਆਂ ਨੇ ਬਚਪਨ 'ਚ ਘਰੇ ਭਾਪੇ ਵਰਗੀ ਵਿਜੀਲੈਂਸ ED ਬਣਾਏ ਪਏ ਸੀ, ਜਿਵੇਂ ਅੱਜ ਕੱਲ੍ਹ ਦੇ ਲੀਡਰ ਵਿਜੀਲੈਂਸ ਤੋਂ ਕੰਬਦੇ ਨੇ ਜਾਂ ED ਤੋਂ, ਐਂ ਸਾਨੂੰ ਥਰ ਥਰ ਕੰਬਦਾ ਸੀ, ਭਾਪਾ ਪਤਾ ਨਹੀਂ ਕਿਹੜੀ ਸੁਪਰੀਮ ਪਾਵਰ ਆ ਵੀ ਆ ਕੇ ਹੁਣੀ ਰਿਮਾਂਡ ਲੈ ਲੂ।
ਫਿਰ ਬੇਚਾਰਾ ਗੋਰਾ ਅੰਦਰੋਂ ਧੁਖਿਆ, ਕਹਿੰਦਾ ਯਾਰ ਮੇਰੀ ਮੰਮੀ ਮੇਰੇ ਪਾਪੇ ਦਾ ਬਹੁਤ ਕਰਦੀ ਸੀ, ਮਾਈ ਡੈਡ ਦਾ, ਕਹਿੰਦਾ ਉਹਨੂੰ ਐਂ ਸੀ ਵੀ ਇਹ ਨਵੀਂ ਮੰਮੀ ਨਾ ਲਿਆਵੇ ਤਾਂ ਕਰਕੇ ਉਹਦੀ ਜ਼ਿਆਦਾ ਟੇਕ ਕੇਅਰ ਕਰਦੀ ਸੀ, ਮੈਨੂੰ ਤਾਂ ਥੋੜ੍ਹਾ ਜਿਹਾ ਇਗਨੋਰ ਮਾਰਦੀ ਸੀ। ਉਹ ਮੈਂ ਕਿਹਾ ਯਾਰ ਤੇਰੇ ਵਾਲੇ ਪਾਪੇ ਵਰਗਿਆਂ ਦੀ ਮੌਜ ਆ, ਉਹ ਦਬਦਬਾ ਬਣਾਈ ਰੱਖਦੇ ਨੇ। ਮੈਂ ਕਿਹਾ ਸਾਡੇ ਵਾਲੇ ਪਾਪੇ ਹੁਣੀ ਸਾਨੂੰ ਤਾਂ ਕੁੱਟ ਸਕਦੇ ਨੇ, ਪਰ ਸਾਡੀਆਂ ਮੰਮੀਆਂ ਦੇ ਹੁੰਦੇ ਸਾਡੇ ਪਾਪਿਆਂ ਦੀ ਇੰਨੀ ਵੀ ਪਾਵਰ ਨਹੀਂ ਵੀ ਕਰੇ ਭਾਂਡਾ ਵੀ ਨਵਾਂ ਲਿਆ। ਮੰਮੀਆਂ ਦੀ ਤਾਂ ਦੂਰ ਦੀ ਗੱਲ ਆ, ਸਾਡੇ ਪਾਪੇ ਵਰਗੇ ਦਾ ਵਿਚਾਰੇ ਘਰੇ ਬਹਿ ਕੇ ਉਹ ਫਿਲਮ ਨਹੀਂ ਦੇਖਦੇ ਜਿਹ 'ਚ ਦੋ ਐਕਟਰੀਆਂ ਹੋਣ। ਇਹਨਾਂ ਦਾ ਦਬਕਾ ਸਾਡੇ 'ਤੇ ਹੈ, ਸਾਡੇ ਮੂਹਰੀ ਨੇ ਸੀ ਏ ਸਟਾਫ ਵਾਲੇ, ਮੰਮੀਆਂ ਮੂਹਰੀ ਦਾ ਹੈ ਵਲੰਟੀਅਰ ਹੀ ਨੇ। ਸੋ ਇਹ ਸੀਗੀ ਜੀ ਮੰਮੀਆਂ ਦੀ ਬੀ ਸਾਈਡ। ਹੁਣ ਜੇ ਕਿਤੇ ਮੰਮੀਆਂ ਮੇਰੇ ਸਾਰੀਆਂ ਮਗਰ ਪੈ ਗਈਆਂ, ਇਹਨਾਂ ਨੇ ਕਿਤੇ ਮੇਰੇ ਵਿਰੁੱਧ ਮੋਰਚਾ ਵੱਢਣ ਦੀ ਕੋਸ਼ਿਸ਼, ਬੇਟੋ ਇਕੱਠੇ ਰਹੋ ਯਾਰ, ਮੈਂ ਇਕੱਲੇ ਨੇ ਨਹੀਂ ਚੱਪਲੀਆਂ ਖਾਣੀਆਂ ਬਾਈ ਤੁਹਾਡੇ ਕਰਕੇ, ਮੈਂ ਤੁਹਾਨੂੰ ਪਹਿਲਾਂ ਹੀ ਦੱਸੀ ਜਾਂਦਾ, ਹਾਂ ਮੂਹਰੇ ਮੈਨੂੰ ਕਰ ਦਿੰਦੇ ਹੋ। ਸੋ ਇਹ ਬੁੜੀਆਂ ਦੀ ਬੀ ਸਾਈਡ ਸੀ ਜੀ, ਇਹ ਵੀ ਦੁਨੀਆਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਇਹ ਵੀ ਇਹ ਸਾਰਿਆਂ ਦੀਆਂ ਮੰਮੀਆਂ 'ਚ ਹੁੰਦਾ ਵੀ ਇੱਕ ਤਾਂ ਕੁੰਡੀ, ਦੂਜਾ ਨਿਆਣੇ ਕਟਾਉਣੇ, ਸਾਈਡ 'ਤੇ ਬਹਿ ਕੇ ਸਕੁਇਡ ਗੇਮ ਦੇਖਣੀ, ਐਨ ਆਰਾਮ ਨਾਲ ਵੀ ਹਾਏ ਮੈਨੂੰ ਚੈਨ ਆ ਗਈ। ਜਦੋਂ ਆਪਣੇ ਭਾਪੇ ਫੈਂਟਦੇ ਨੇ ਨਾ ਆਪਾਂ ਨੂੰ, ਉਦੋਂ ਤਾਂ ਇਹਨੂੰ ਆਉਂਦਾ ਵੀ ਆਹ ਤਾਂ ਨਜ਼ਾਰਾ ਲਿਆਤਾ ਦੀਪਿਆ। ਇਹਨੂੰ ਹੁੰਦਾ ਜਿਵੇਂ ਵੀਡੀਓ ਗੇਮ ਦੀਆਂ ਦੋ ਤਿੰਨ ਸਟੇਜਾਂ ਪਾਰ ਕਰ ਗਏ ਹੁੰਦੇ, ਇਹਨਾਂ ਦੀ ਮੂੰਹ 'ਤੇ ਸਮਾਈਲ ਦੇਖਣ ਵਾਲੀ ਹੁੰਦੀ ਹੈ। ਚਾਹੇ ਉੱਤੋਂ ਉੱਤੋਂ ਹੀ ਸੀ, ਹੁਣ ਅੱਧਿਆਂ ਨੇ ਕਹਿ ਦੇਣਾ ਨਹੀਂ ਵੀਰੇ ਮਾਵਾਂ ਦੇ ਅੰਦਰੋਂ ਉਹਨਾਂ ਨੂੰ ਜਾਣੀ ਆ ਜਦੋਂ ਜਵਾਕ, ਉਹ ਅੰਦਰੋਂ ਅੰਦਰੋਂ ਕੁਛ ਨਹੀਂ, ਲਫੜੇ ਤਾਂ ਬਾਹਰ ਹੀ ਪੈਂਦੇ ਨੇ ਗੱਲਾਂ 'ਤੇ, ਅੰਦਰੋਂ ਤਾਂ ਸਾਡਾ ਵੀ ਬਥੇਰਾ ਪਿਆਰ ਹੈ। ਤੀਜੀ ਕੁਆਲਿਟੀ ਇੱਕ ਹੋਰ ਵੀ ਹੈਗੀ, ਉਹ ਮੈਨੂੰ ਆਇਆ ਹੁਣ ਕਾਹਨੂੰ ਨਸ਼ਰ ਕਰਨੀ ਆ। ਜ਼ਿਆਦਾਤਰ ਮੰਮੀਆਂ 'ਚ ਇਹ ਦੇਖੋ ਵੀ ਸਾਡੇ ਤਾਂ ਹੈ ਨਹੀਂ ਪਏ, ਮੈਨੂੰ ਲੱਗਦਾ ਇਹ ਬਹੁਤ ਮੈਂ ਦੇਖੀ ਆ, ਪ੍ਰਚਲਿਤ ਬਹੁਤ ਹੈ ਵੀ ਬੁੜੀਆਂ 'ਚ। ਜਿਹੜੇ ਤਾਂ ਜਵਾਕ ਦੇ ਨਾਨਕਿਆਂ ਵਾਲੇ ਰਿਸ਼ਤੇਦਾਰ ਹੁੰਦੇ ਨੇ, ਉਹਨਾਂ ਨੂੰ ਤਾਂ ਇਹ ਸਾਰੇ ਐਂ ਕਹਿੰਦੇ ਹੁੰਦੇ ਨੇ ਵੀ ਇਹ ਤਾਂ ਰਾਜੇ ਸਿਕੰਦਰ ਨਾਲ ਰਹੇ ਵੇ ਨੇ ਸਾਰੇ, ਇਹਨਾਂ ਨੇ ਦੁਨੀਆ ਜਿੱਤੀ ਆ, ਉਹ ਤਾਂ ਹੈਗੇ ਨੇ ਰਾਣੀ ਹਾਰ। ਅਤੇ ਜਿਹੜੇ ਪਾਪੇ ਹੁਣਾਂ ਦੇ ਰਿਸ਼ਤੇਦਾਰ ਹੁੰਦੇ ਨੇ ਕਬਾੜ, ਐ ਵੀ ਹੈਗਾ ਟ੍ਰੀਟ ਐਂ ਕਰਦੀਆਂ ਨੇ, ਇਹ ਠੱਗ ਚੋਰ ਕਰਪਟ ਸਾਨੂੰ ਐਂ ਲੱਗਣ ਲਾ ਦਿੰਦੀਆਂ। ਸੋ ਇਹ ਮੰਮੀਆਂ ਦੀ ਬੀ ਸਾਈਡ ਸੀ ਜੀ, ਬੁਰਾ ਮਨਾਉਣ ਬੁੜੀਆਂ, ਚਾਹੇ ਚੰਗਾ ਮਨਾਉਣ, ਕਿਸੇ ਦੇ ਗੱਟੇ ਲੱਗੇ ਚਾਹੇ ਕਿਸੇ ਦੇ ਗੋਡੇ, ਗੋਡੇ ਤਾਂ ਤੁਹਾਡੇ ਵੈਸੇ ਵੀ ਪੈਣ ਵਾਲੀ ਨੇ, ਗੱਲਾਂ ਪਰ ਹੀ ਰੱਖਿਆ ਗਿਆ। ਜਿਹੜੀ ਗੱਲ ਹੈਗੀ ਹੈਗੀ ਆ, ਫਿਰ ਉਹ ਨਵੀਂ ਕਹਾਵਤ ਜੀ ਬਣਾਈ ਆ ਇੱਕ ਮੈਂ ਉਹਦੇ ਹਿਸਾਬ ਨਾਲ ਵੀ ਸੱਚ ਬੋਲੇਗਾ ਤਾਂ ਲਫੇੜੇ ਜਰੇਗਾ, ਕਿਵੇਂ ਝੂਠ ਬੋਲਿਆ ਤਾਂ ਲਾਈਕ ਵਿਊ ਕੀ ਕਹਿਣਗੇ। ਠੀਕ ਆ ਯਾਰ।